स्टबर्न जनरेशन। बहुत बहुत स्वागत है ताड़ा तो आड़े ही यूट्यूब चैनल दे उत्ते जिरा नाम है स्टबर्न जनरेशन। ते आज असी आए हैं चंडीगढ़। चंडीगढ़ हुण असी घूमन चले हैं जू। ते आज चलो तुहानू उत्ते लैके चलदे ते उत्ते दे नज़ारे तुहानू दिखाने हैं, उत्ते दे खूबसूरत जानवरां ते पेड़ पंछियां दे नाल तुहानू मिलांदे हैं। आयो चलिए। ਉਹਦੀ ਗੱਡੀ ਦੀ ਪਾਰਕਿੰਗ ਹੈ 20 ਰੁਪਏ। ਕਿਉਂ ਲਾਲਾ ਜੀ? ਬਿਲਕੁਲ। ਲੋ ਜੀ ਅੱਜ ਬਹੁਤ ਹੀ ਜ਼ਿਆਦਾ ਭੀੜ ਆ, ਲਾਈਨਾਂ ਲੱਗੀਆਂ ਬੱਚਿਆਂ ਦੀਆਂ। ਆਪਾਂ ਜਾਨਵਰ ਦੇਖਣ ਆਏ ਤਾਂ ਬੱਚੇ ਦਿਖਾਈ ਜਾਂਦੇ, ਇਹ ਘੱਟ ਆ ਕਹਿੰਦੇ ਜਾਨਵਰਾਂ ਦੇ। लो जी पिंजरे अंदर आदमखोर जानवर बने हो तो ये दो बार खुले घूमन डेंगे, देख लो ये फ्रेंडली है। लो जी बच्चों के लिए मनोरंजन की थान पींगा पूंगा, अच्छा नहीं बड़े भी ले सकते हैं, सॉरी। ओ देखो जी मोर ਜਿਹੜੇ ਸਾਡੇ ਖੇਤਾਂ 'ਚ ਉੱਦੀ ਬੁੜਕਦੇ ਫਿਰਦੇ ਮੋਰ। ਤੁਸੀਂ ਕਹਿਣਾ ਬਹੁਤ ਛੋਟੇ ਛੋਟੇ ਜਾਨਵਰ ਦਿਖਾਉਣ ਲੱਗੇ ਹੋ, ਲਓ ਜੀ ਤੁਹਾਨੂੰ ਹਾਥੀ ਵੀ ਦਿਖਾਉਣ। ਆਪਸ 'ਚ ਗੱਲਾਂ ਕਰ ਰਹੇ ਆ, ਰੋਮੈਂਟਿਕ ਹੋਏ। ਸੋਰੀ ਸਾਨੂੰ ਥੋੜ੍ਹਾ ਇੱਥੋਂ ਕੱਟ ਕਰਨਾ ਪੈਣਾ, ਅੱਗੇ ਚੱਲਦੇ ਹਾਂ। ਬਾਹਰ ਆ ਜਾ ਬੱਚੇ, ਉਹ ਸੁੱਤਾ ਪਿਆ ਜੀ, ਬਹੁਤ ਹੀ ਉਮਦਾ ਨੀਂਦ ਲੈਣ ਡਿਆ ਆ। ਚਲੋ ਬਾਹਰ ਆ ਜਾ, ਇਹਨੂੰ ਡਿਸਟਰਬ ਨਾ ਕਰਦੇ ਹੋਏ ਸਿਰ ਕੇ ਵੱਧਦੇ ਮੇਰੇ ਭਰਾਵੋ। ਨਾ ਕੱਲਾ ਬੰਦੇ ਦਾ ਪੁੱਤ ਬਣ ਕੇ ਬਾਹਰ ਆ। ਉਹ ਨਹੀਂ ਆ ਤਾਂ ਹੀ ਨਹੀਂ ਬਾਹਰ ਆਏਗਾ ਉਹ, ਇੱਦਾਂ ਦੀ ਸ਼ਕਲ ਵਾਲਾ ਵਾ ਲਕੜ ਬੱਗਾ। ਲਓ ਜੀ ਬੇਵਕੂਫ ਬਣਾ ਰਹੇ ਆ ਜਰਮਨ ਸ਼ੈਫਰਡ ਦਿਖਾ ਕੇ, ਦੇਖ ਲਓ ਕਹਿੰਦੇ ਲਕੜ ਬੱਗਾ, ਇਹਦੇ ਨਾਲ ਡੱਗ ਵਧੀਆ ਆਉਂਦੇ। ਹੁਣ ਅਸੀਂ ਕਰ ਲਈਏ ਪੇਟ ਪੂਜਾ ਫਿਰ ਕੰਮ ਦੂਜਾ, ਚਲੋ ਚਲੀਏ। ਲਓ ਜੀ ਖਾਣ ਪੀਣ ਦਾ ਸਿਸਟਮ ਇੱਦਾਂ ਕੁਛ, ਅਸੀਂ 3 ਸੈਂਡਵਿਚ ਲਏ ਆ ਤੇ 2 ਮੈਗੀ ਤੇ 3 ਮਰਿੰਡਾ, ਮਤਲਬ ਕੋਲਡ ਡਰਿੰਕ ਕੋਈ ਵੀ ਲੈ ਸਕਦੇ ਆ ਆਪਾਂ। 3 ਲਈਆਂ ਤੇ ਇਹ ਕੁਛ ਆਈਆਂ ਆ ਸਾਨੂੰ 450 ਰੁਪਏ ਨੂੰ ਪਈਆਂ। ਇਹ ਕੰਟੀਨ ਹੈਗੀ ਆ ਜੀ ਸਫਾਰੀ ਦੇ ਨਾਲ, ਇਹ ਸਫਾਰੀ ਇੱਥੋਂ ਮਿਲਦੀ ਆ ਤੁਹਾਨੂੰ, ਜੰਗਲ ਸਫਾਰੀ, ਦੂਜੀ ਸਫਾਰੀ ਟਾਟਾ ਸਫਾਰੀ ਨਹੀਂ ਜੀ। ਲਓ ਜੀ ਰਿਵਿਊ ਦੇਣ ਲੱਗੇ ਆਪਾਂ ਖਾਣ ਨੂੰ, ਬਹੁਤ ਹੀ ਘਟੀਆ ਚੀਜ਼ ਆ ਇੱਥੇ ਖਾਣਾ ਦਾ, ਮਤਲਬ ਸੈਂਡਵਿਚ ਤਾਂ ਬਹੁਤ ਘਟੀਆ ਜੀ, ਖੱਟਾ ਸੈਂਡਵਿਚ ਆ ਤੇ ਜਿਹੜੀ ਮੈਗੀ ਆ ਉਹ ਥੋੜ੍ਹੀ ਵਧੀਆ ਆ, ਇੱਥੇ ਨਿਊਡਲ ਨੂੰ ਹੀ ਮੈਗੀ ਕਹਿੰਦੇ ਆ। ਪਰ ਪਰਸਨ 75 ਰੁਪਏ ਟਿਕਟ ਆ ਤੇ ਅਸੀਂ 3 ਜਣੇ ਚੱਲੇ ਹਾਂ, ਸ਼ੇਰ ਨਾ ਦੇਖਿਆ ਤਾਂ ਟਿਕਟ ਵਾਪਸ। ਲਓ ਜੀ ਜੇ ਤੁਸੀਂ ਇੱਦਾਂ ਬਿਜ਼ੀ ਡੇ ਦੇ ਵਿੱਚ ਆਉਂਗੇ ਜਿੱਦਾਂ ਕਿ ਸੈਚਰਡੇ ਸੰਡੇ, ਤਾਂ ਤੁਹਾਨੂੰ ਇੱਦਾਂ ਲਾਈਨ ਦੇ ਵਿੱਚ ਲੱਗਣਾ ਪੈਣਾ ਅਤੇ ਬੱਚਿਆਂ ਦਾ ਰਸ਼ ਤੁਸੀਂ ਦੇਖ ਲਓ। ਇਹ ਸਫਾਰੀ ਜਿਹੜਾ ਨੇ ਕਰਨੀ ਆ ਉਹਨਾਂ ਨੂੰ ਇਹ ਬੱਸਾਂ ਦੇ ਵਿੱਚ ਇੱਥੋਂ ਬਿਠਾਇਆ ਜਾਂਦਾ ਆ, ਅਤੇ ਇਹ ਬੱਚੇ ਥੋੜ੍ਹੇ ਜ਼ਿਆਦਾ ਮੈਨੂੰ ਲੱਗਦਾ ਡੇਰਿੰਗ ਵਾਲੇ ਆ, ਤੁਰ ਕੇ ਸਫਾਰੀ ਕਰਨ ਚੱਲੇ ਆ। ਉਹ ਮੋੜ ਰਹੇ ਆ, ਹੁਣ ਮੋੜ ਰਹੇ ਉਹਨਾਂ ਨੂੰ ਬੈਕ, ਚਲੋ ਗਲਤ ਗੇਅਰ ਪਾ ਲਿਆ ਕਹਿੰਦੇ ਤੁਸੀਂ। ਇਹ ਆ ਬੱਸਾਂ ਆ ਅਤੇ ਮੈਨੂੰ ਲੱਗਦਾ ਇਹਦੇ ਵਿੱਚ 25 ਜਣੇ ਬੈਠੇ ਹੋਣੇ ਆ, ਤਾਂ ਸੋਚ ਲਓ 7 ਬੱਸਾਂ ਅਤੇ 25-25-50 ਸੱਠ ਤੋਂ ਤਾਹਾਂ ਦਿਖਾ। ਉਹ ਸੋਰੀ ਗਾਣਾ ਗਾ ਹੋ ਗਿਆ, ਛੋਟੇ ਬੱਚਿਆਂ ਦੀ ਟਿਕਟ ਨਹੀਂ ਲੱਗਦੀ ਜੀ। ਉਹ ਜੀ ਐਂਟਰੈਂਸ 'ਤੇ ਪਹਿਲਾਂ ਇੱਕ ਦਰਵਾਜ਼ਾ ਖੁੱਲ੍ਹਦਾ ਆ, ਵੀ ਜਦੋਂ ਇਹ ਦਰਵਾਜ਼ੇ ਦੇ ਵਿੱਚ ਅਸੀਂ ਵੜਦੇ ਹਾਂ ਅਤੇ ਆਹ ਵਾਲਾ ਦਰਵਾਜ਼ਾ ਬੰਦ ਹੋ ਜਾਂਦਾ, ਫਿਰ ਅਗਲਾ ਖੁੱਲ੍ਹਦਾ ਆ। ਲੋ ਜੀ ਬੱਬਰ ਸ਼ੇਰ ਵੀ ਸਾਨੂੰ ਦੇਖ ਗਿਆ ਅਤੇ ਉਹਦੀ ਘਰਵਾਲੀ ਵੀ ਸਾਨੂੰ ਦੇਖ ਗਈ ਹੈ, ਸਸਤਾ ਰਹੀ ਹੈ। ਮੋਰੀ ਮੋਰ ਜੀ ਮੋਰੀ ਮੋਰ ਕੀਤੇ ਹੋ ਬੈਠੇ ਹੋ,
ਮੈਂ ਪਰ ਲੱਗੀ ਇਹਨਾਂ ਦੀ ਮੀਟਿੰਗ ਅਸੀਂ ਸ਼ੇਰ ਅਸੀਂ ਰਾਜਾ ਬਣਾਉਣਾ ਹੈ ਉਹ ਮੀਟਿੰਗ ਚੱਲ ਰਹੀ ਹੈ ਨਾ ਬੱਚੇ ਕੈਸਾ ਲਗਾ ਫਿਰ ਆਪਕੋ ਅੱਛਾ ਲਗਾ ਮਜ਼ਾ ਆਇਆ ਸ਼ੇਰ ਦੇਖਾ ਸਭੀ ਜਾਨਵਰ ਦੇਖੇ ਹਾਂ ਠੀਕ ਕੋ ਜੀ ਬਹੁਤ ਹੀ ਵਧੀਆ ਸ਼ੇਰਾਂ ਦੀ ਖੁਰਾਕ ਦੇਖੋ ਜੀ ਕਿੰਨੇ ਖਾਣ ਪੀਣ ਦਾ ਸਮਾਨ ਵੀ ਨਾਲ ਹੀ ਰੱਖਿਆ ਇਹਨਾਂ ਨੇ ਜਿਹੜਾ ਭੁੜਕਦਾ ਉੱਧਰਲੇ ਪਿੰਜਰੇ 'ਚ ਪਾ ਦਿੰਦੇ ਆ ਦੇਖੋ ਜੀ ਕਿੰਨੇ ਆ ਸਾਂਬਰ ਬਾਰਾ ਸਿੰਘੇ ਲਓ ਜੀ ਜਿਹੜੀ ਚੀਜ਼ ਦਾ ਅਸੀਂ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਪਏ ਸੀ ਜਿਹੜੀ ਸਾਡੇ ਜ਼ੂ ਦੀ ਸ਼ਾਨ ਹੁੰਦੀ ਆ ਉਹੀ ਤੁਹਾਡੇ ਹੁਣ ਰੂਬਰੂ ਕਰਾ ਜਾ ਰਹੇ ਆ ਧਿਆਨ ਦੇ ਨਾਲ ਬੱਚਿਆਂ ਨੂੰ ਥੋੜ੍ਹਾ ਫੜ ਕੇ ਰੱਖੀਓ ਪੈ ਵੀ ਜਾਂਦਾ ਪਿਆਰ ਮੁਹੱਬਤ ਦੇ ਸਾਥ ਰਹਿ ਜੱਫੀ ਪਾ ਕੇ ਸਿੱਧੇ ਖਾਣ ਦਾ ਮੌਸਮ ਆ ਪਿਆਰ ਨਾਲ ਬੈਠੇ ਹੋ ਦੇਖੋ ਦੇਖਣ ਲੱਗੇ ਨਾਲੇ ਕੌਣ ਕੌਣ ਦੇਖਣਾ ਕੋਈ ਪਰਾ ਉਹ ਥੋੜ੍ਹਾ ਸਾਹ ਘੁੱਟ ਹੋ ਗਿਆ ਮੇਰਾ ਆਪਸ 'ਚ ਗੱਲਾਂ ਕਰ ਰਹੇ ਥੋੜ੍ਹੀ ਜਿਹੀ ਕੋਠੇ ਲਾਈ ਕੋਠੇ ਕਮ ਸੈਕੰਡ ਫੁੱਲ ਪ੍ਰਦਰਸ਼ਨ ਛੋਟੇ ਛੋਟੇ ਬੱਚੇ ਇੱਥੇ ਪਿਕਨਿਕ ਮਨਾਉਂਦੇ ਪਏ ਨਾਲ ਨਾਲ ਦੇਖੋ ਜੀ ਆਹ ਟ੍ਰੀ ਹਾਊਸ ਆ ਇੱਥੇ ਦੇ ਹਰੇਕ ਬੱਚੇ ਦੇ ਮਨ ਦੀ ਇੱਛਾ ਹੁੰਦੀ ਹੈ ਛੋਟੇ ਹੁੰਦੇ ਕਿ ਅਸੀਂ ਟ੍ਰੀ ਹਾਊਸ ਬਣਾਈਏ ਆਪਣਾ ਆਪਣਾ ਅਤੇ ਉੱਥੇ ਖੇਡੀਏ ਸਾਡੀ ਵੀ ਸੀ ਤੁਹਾਡੀ ਵੀ ਹੋਊਗੀ ਇਹੋ ਲਓ ਜੀ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਪ੍ਰਜਾਤੀਆਂ ਸਾਡੇ ਇੱਥੇ ਵੀ ਪਾਈਆਂ ਜਾਂਦੀਆਂ ਨੇ ਔਰ ਸਫੇਦ ਮੋਰ ਇਹ ਹੁੰਦੇ ਜੀ ਮੋਰ ਜਿਹਨਾਂ ਦੇ ਪਿੱਛੇ ਉਹ ਪਰ ਨਹੀਂ ਹੁੰਦੇ ਆ ਉਹ ਹੁੰਦੀ ਮੋਰਨੀ ਕੁੱਕੜ ਵਰਗੀ ਲੱਗਣ ਡੀ ਇਹ ਤਾਂ ਪ੍ਰਜਾਤੀਆਂ ਦੇਖ ਲਓ ਜੀ ਕਿੱਦਾਂ ਕਿੱਦਾਂ ਸਿਮਲਰ ਵੀ ਹੈਗੀਆਂ ਥੋੜ੍ਹੀ ਜਿਹੀਆਂ ਖਾਜ ਕਰਨ ਦੀਆਂ ਉਹ ਵਾਲੀਆਂ ਹੈ ਲਓ ਜੀ ਨਾਈ ਧੋਈ ਹੋ ਰਹੀ ਹੈ ਕਹਿੰਦੀਆਂ ਜੀ ਨਹਾਉਣ ਨਹੀਂ ਦਿੰਦੇ ਸਾਨੂੰ ਪਾਣੀ ਚੇਂਜ ਕਰਦੇ ਆ ਘੁੱਗੀਆਂ ਇਹ ਘੁੱਗੀਆਂ ਦੇ ਸਾਰੇ ਘਰ ਬਣਾਏ ਹੋਏ ਇਹਨਾਂ ਨੇ ਹਾਂ ਇੱਧਰ ਪੱਟ ਲਾਏ ਨਹੀਂ ਇਹਨੇ ਪੱਟ ਨਹੀਂ ਲਵਾਏ ਲੈਗ ਡੇ ਮਿਸ ਕਰਦੇ ਦੇਖ ਲਓ ਲੈਗ ਡੇ ਤੁਸੀਂ ਮਿਸ ਕਰੋਗੇ ਤਾਂ ਇੱਦਾਂ ਦੇ ਹਿਸਾਬ ਤਾਂ ਹੋ ਜਾਣਾ ਤਾਂ ਧਿਆਨ ਲਾ ਕੇ ਮੇਰੇ ਵੀਰੋ ਲੈਗ ਡੇ ਮਿਸ ਨਹੀਂ ਕਰਨਾ ਅਤੇ ਆਹ ਚੈੱਕ ਕਰੋ ਉਧਰ ਚੈੱਕ ਕਰੋ ਥੱਲੇ ਬੇਟੀਆਂ ਉਹ ਬੱਲੇ
ਇਦਾਂ ਲੱਗੇ ਹੋ ਟੀਕੀ ਲਾਣ ਸਾਰੇ ਅਲੱਗ ਅਲੱਗ ਆ ਜੀ ਪ੍ਰਜਾਤੀਆਂ ਇੰਨਾ ਘੁੰਮ ਲਿਆ ਆਪਾਂ ਤੇ ਚਲੋ ਕੁਕੜੀਓ ਪਾਣੀ ਪੀਓ ਚਲੋ 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 चल मेरा भरा लाइन च लग चलो लाइन च लगो अच्छा एदा जन्म दिन घर की वर्दी जाया तेन की क्या आना ने तेरा बर्थडे तू लाइन च बाहर घूम के नाम दसदे बच्चे ज्यादा जल्दी ना सीखते लो जी हुण तुहानू इधर ही चीज दिखाण जा रहे हैं जो तुसी फिल्मां जी देखी होनी बाहुबली दा पैंसा देखो जी जिन्ने भी तुहानू हिरन दिखाए आ उह सारयां दी प्रजाति अलग आ इह हैगा पाड़ा देखण च तुहानू सारे सेम लगदे होगे इह बहुत छोटी प्रजाति आ जो देखते हैं मतलब इन्होंने मुंह तो सारे पता लगता देखो हिरन की छोटी प्रजाति है हिरन की छोटी प्रजाति है जी छटी कापी वधिया भुनिया नॉन वेजिटेरियन बंदा लेके आए अपने नाल असीं बाहरों स्नेक की प्रजातियां देखो जो मुंह कढ़िया ਸਾਰੇ ਮੂੰਹ ਕੱਢੇ ਇੱਕ ਉਹ ਆ ਇੱਕ ਉਹ ਆ ਇੱਕ ਉਹ ਆ ਨਿਜ਼ਰ ਪਾਣੀ ਮੇ ਰਹਿ ਰਹਾ ਹੈ ਇਹ ਦੇਖ ਰਹੇ ਨਹੀਂ ਰਹੀ ਛੋਟੇ ਛੋਟੇ बहुत देर दी इन्हां दी वेट करदे पए सीगे क्रोकोडाइल सर ਇਹ ਵੀ ਹੁੰਦੇ ਉਹਦਾ ਸਟਿਲ ਹੀ ਆ ਪਰ ਉਹ ਦੰਦ ਕੱਢੀ ਜਾਂਦਾ ਇਹਨਾਂ ਨੂੰ ਦੇਖ ਕੇ ਸਾਨੂੰ ਸਿੱਖ ਮਿਲਦੀ ਹੈ ਰੋਜ਼ ਬ੍ਰਸ਼ ਕਰਿਆ ਕਰੋ ਤਾਂ ਹੀ ਤੁਸੀਂ ਦੰਦ ਕੱਢ ਸਕਦੇ ਇਹ ਹੈਗਾ ਘੜਿਆਲ ਅਤੇ ਇਹ ਮਗਰਮੱਛ ਦੀ ਚਾਚੀ ਦਾ ਮੁੰਡਾ ਲਓ ਜੀ ਗਰੁੱਪ ਫੋਟੋ ਹੋ ਰਹੀ ਆ ਪੂਰੇ ਸਕੂਲ ਦੀ ਹਾਂਜੀ ਜੀ ਕਿੱਦਾਂ ਲੱਗਾ ਤੁਹਾਨੂੰ ਇਹ ਸਾਰਾ ਸਾਡਾ ਵਲੌਗ ਸਾਨੂੰ ਜ਼ਰੂਰ ਦੱਸਣਾ ਬਹੁਤ ਹੀ ਵਧੀਆ ਜ਼ੂ ਹੈ ਅਤੇ ਸਾਰੇ ਜਾਨਵਰ ਲਗਭਗ ਦੇਖਣ ਨੂੰ ਮਿਲ ਜਾਂਦੇ ਆ ਤਕਰੀਬਨ ਸਾਰੇ ਜਾਨਵਰ ਇੱਥੇ ਮਿਲ ਜਾਂਦੇ ਆ ਅਤੇ ਤੁਸੀਂ ਆਪਣੇ ਨਿਆਣਿਆਂ ਨੂੰ ਵੀ ਸਾਰਿਆਂ ਨੂੰ ਦੱਸ ਸਕਦੇ ਇੱਥੇ ਕੀ ਹਿਸਾਬ ਤਾਂ ਵਾ 350 ਬੰਦਾ ਇੱਥੇ ਕੰਮ ਕਰਦਾ ਹੈ ਅਤੇ ਟੇਕ ਕੇਅਰ ਕਰਨ ਵਾਲੇ ਅਲੱਗ ਬੰਦੇ ਆ ਖਾਣ ਪਿਲਾਉਣ ਵਾਲੇ ਬੰਦੇ ਅਲੱਗ ਆ ਅਤੇ ਸਾਫ਼ ਸਫਾਈ ਦੇ ਬੰਦੇ ਇੱਥੇ ਅਲੱਗ ਹੈ ਜਦੋਂ ਤੁਸੀਂ ਐਂਟਰ ਕਰਦੇ ਆ ਤੁਸੀਂ ਇੱਥੇ ਪੈਦਲ ਵੀ ਚੱਲ ਸਕਦੇ ਆ ਅਤੇ ਤੁਸੀਂ ਆਪਣੀ ਇੱਥੋਂ ਕਾਰ ਵੀ ਕਰ ਸਕਦੇ ਆ ਅਤੇ ਤੁਹਾਨੂੰ ਕਾਰ ਦੀ ਅਲੱਗ ਟਿਕਟ ਦੇਣੀ ਪੈਂਦੀ ਆ ਅਤੇ ਅੰਦਰ ਜਾ ਕੇ ਸਫਾਰੀ ਦੇ ਅਲੱਗ ਟਿਕਟ ਆ ਉਹ 75 ਰੁਪਏ ਤੁਹਾਨੂੰ ਦਿਖਾਈ ਤੁਸੀਂ ਅਸੀਂ ਤੁਹਾਨੂੰ ਜੰਗਲ ਸਫਾਰੀ ਵੀ ਦਿਖਾਈ ਬਹੁਤ ਹੀ ਵਧੀਆ ਘੜਿਆਲ ਸਾਰੇ ਜਾਨਵਰ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਆ ਅਤੇ ਸਾਡੇ ਨਿਆਣਿਆਂ ਨੂੰ ਵੀ ਤੁਸੀਂ ਇੱਥੇ ਜਦੋਂ ਵਿਜ਼ੂਅਲ ਦਿਖਾਉਂਦੇ ਆ ਤਾਂ ਉਹਨਾਂ ਨੂੰ ਜ਼ਿਆਦਾ ਨੌਲੇਜ ਹੁੰਦੀ ਆ ਅਤੇ ਇੱਥੇ 60 ਰੁਪਏ ਟਿਕਟ ਆ ਜਦੋਂ ਵੀ ਤੁਸੀਂ ਨਿਆਣਿਆਂ ਨੂੰ ਜਾਂ ਆਪਣੇ ਬੱਚਿਆਂ ਨੂੰ ਕਾਰ ਦੇ ਵਿੱਚ ਲੈ ਕੇ ਜਾਂਦੇ ਇੱਥੇ ਜਿਹੜੀ ਅੰਦਰ ਕਾਰ ਮਿਲਦੀ ਆ ਉਹਦੇ 60 ਰੁਪਏ ਟਿਕਟ ਆ ਅਤੇ ਆਈ ਹੋਪ ਤੁਸੀਂ ਇੰਜੋਏ ਕੀਤਾ ਹੋਣਾ ਸਾਡਾ ਵਲੌਗ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀਓ ਚਲੋ ਮਿਲਦੇ ਹਾਂ ਤੁਹਾਨੂੰ ਅਸੀਂ ਨਵੇਂ ਵਧੀਆ ਜਿਹੇ ਵਲੌਗ 'ਚ ਜੋ ਤੁਹਾਨੂੰ ਹੋਰ ਵੀ ਨੌਲੇਜ ਦੇਊਗਾ ਅਤੇ ਆਪਣਾ ਧਿਆਨ ਰੱਖਿਓ ਸਾਰੇ ਜਣੇ ਤੰਦਰੁਸਤ ਰਹੋ ਸਾਰੇ ਚੜ੍ਹਦੀ ਕਲਾਈ ਰਹੀਓ ਨਮਸਤੇ ਸਤਿ ਸ਼੍ਰੀ ਅਕਾਲ ਜੈ ਹਿੰਦ